ਗਲੀ ਦੇ ਵਿੱਚ ਇੱਕ ਲੰਘ ਰਹੀ ਔਰਤ ਦੇ ਕੋਲੋਂ ਮੋਬਾਈਲ ਫੋਨ ਦੀ ਲੁੱਟਖੋ ਕੀਤੀ ਗਈ ਹੈ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਇੱਕ ਔਰਤ ਨਿਕਲ ਰਹੀ ਹੈ ਅਤੇ ਕੋਲ ਤੋਂ ਹੀ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਲੁਟੇਰੇ ਵੀ ਨਿਕਲਦੇ ਨਜ਼ਰ ਆ ਰਹੇ ਨੇ। ਹਾਲਾਂਕਿ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਚਲਦੇ ਚਲਦੇ ਹੀ ਇਹਨਾਂ ਨੇ ਔਰਤ ਦੇ ਹੱਥੋਂ ਮੋਬਾਈਲ ਫੋਨ ਖੋਲ੍ਹਿਆ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਕੀਤਾ ਗਿਆ ਤਾਂ ਇਹਨਾਂ ਦਾ ਇੱਕ ਟੀਵੀ ਜੋ ਲੁਟੇਰਿਆਂ ਨੇ ਆਪਣੇ ਬਾਈਕ 'ਤੇ ਚੱਕਿਆ ਹੋਇਆ ਸੀ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜੋ ਔਰਤ ਹੈ ਉਸਦੇ ਵੱਲੋਂ ਗਲੀ ਦੇ ਵਿੱਚ ਚੀਕ ਚਿਹਾੜਾ ਵੀ ਪਾਇਆ ਜਾਂਦਾ ਹੈ ਪਰ ਮੌਕੇ ਦੇ ਉੱਤੇ ਸਿਰਫ ਇੱਕ ਵਿਅਕਤੀ ਆਉਂਦਾ ਹੈ ਪਰ ਇੰਨੇ ਦੇ ਵਿੱਚ ਜੋ ਲੁਟੇਰੇ ਸੀ ਉਹ ਬਾਈਕ ਦੇ ਉੱਤੇ ਫਰਾਰ ਹੋ ਜਾਂਦੇ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਖੰਨਾ ਤੋਂ ਇਹ ਤਸਵੀਰਾਂ ਲੁੱਟ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਗਲੀ ਦੇ ਵਿੱਚ ਜਦੋਂ ਔਰਤ ਨਿਕਲ ਰਹੀ ਸੀ ਤਾਂ ਉਸਦੇ ਹੱਥਾਂ ਦੇ ਵਿੱਚ ਫੜਿਆ ਮੋਬਾਈਲ ਫੋਨ ਖੋਇਆ ਗਿਆ। ਹਾਲਾਂਕਿ ਇਸ ਵਾਰਦਾਤ ਨੂੰ ਚੋਰਾਂ ਨੇ ਕਿੰਨੀ ਆਰਾਮ ਨਾਲ ਅੰਜਾਮ ਦਿੱਤਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਰ ਇੱਥੇ ਚੋਰਾਂ ਦਾ ਟੀਵੀ ਗਲੀ ਦੇ ਵਿੱਚ ਡਿੱਗ ਜਾਂਦਾ ਹੈ। ਹਾਲਾਂਕਿ ਹੁਣ ਇਹ ਨਹੀਂ ਪਤਾ ਕਿ ਆਖਰ ਚੋਰ ਇਹ ਟੀਵੀ ਵੀ ਆਪਣੇ ਨਾਲ ਹੀ ਚੋਰੀ ਕਰਕੇ ਲੈ ਕੇ ਆਏ ਸੀ ਜਾਂ ਫਿਰ ਇਹ ਇਹਨਾਂ ਦਾ ਆਪਣਾ ਟੀਵੀ ਸੀ, ਇਹ ਜਾਂਚ ਦਾ ਵਿਸ਼ਾ ਹੈ। ਪਰ ਖੰਨਾ ਤੋਂ ਇਹ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਗਲੀ ਦੇ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਲੁਟੇਰੇ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਦੇ ਹੱਥਾਂ ਦੇ ਵਿੱਚ ਫੜਿਆ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਮੌਕੇ ਦੇ ਉੱਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ। ਮਾਮਲਾ ਸਾਡੇ ਧਿਆਨ ਦੇ ਵਿੱਚ ਆ ਗਿਆ, ਅਸੀਂ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਦੋਸ਼ੀ ਜਲਦ ਤੋਂ ਜਲਦ ਟੇਕ ਕਰਾਂਗੇ। ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਵੀ ਉਹ ਐਲਸੀਡੀ ਵਾਕਿਆ ਚੋਰੀ ਦੀ ਹੈ ਜਾਂ ਕਿਵੇਂ। ਜਲਦੀ ਅਸੀਂ ਕਾਬੂ ਕਰ ਲਵਾਂਗੇ। ਗਲੀ ਦੇ ਵਿੱਚ ਇੱਕ ਲੰਘ ਰਹੀ ਔਰਤ ਦੇ ਕੋਲੋਂ ਮੋਬਾਈਲ ਫੋਨ ਦੀ ਲੁੱਟਖੋ ਕੀਤੀ ਗਈ ਹੈ ਅਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਇੱਕ ਔਰਤ ਨਿਕਲ ਰਹੀ ਹੈ ਅਤੇ ਕੋਲ ਤੋਂ ਹੀ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਲੁਟੇਰੇ ਵੀ ਨਿਕਲਦੇ ਨਜ਼ਰ ਆ ਰਹੇ ਨੇ। ਹਾਲਾਂਕਿ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਚਲਦੇ ਚਲਦੇ ਹੀ ਇਹਨਾਂ ਨੇ ਔਰਤ ਦੇ ਹੱਥੋਂ ਮੋਬਾਈਲ ਫੋਨ ਖੋਲ੍ਹਿਆ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਕੀਤਾ ਗਿਆ ਤਾਂ ਇਹਨਾਂ ਦਾ ਇੱਕ ਟੀਵੀ ਜੋ ਲੁਟੇਰਿਆਂ ਨੇ ਆਪਣੇ ਬਾਈਕ 'ਤੇ ਚੱਕਿਆ ਹੋਇਆ ਸੀ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜੋ ਔਰਤ ਹੈ ਉਸਦੇ ਵੱਲੋਂ ਗਲੀ ਦੇ ਵਿੱਚ ਚੀਕ ਚਿਹਾੜਾ ਵੀ ਪਾਇਆ ਜਾਂਦਾ ਹੈ ਪਰ ਮੌਕੇ ਦੇ ਉੱਤੇ ਸਿਰਫ ਇੱਕ ਵਿਅਕਤੀ ਆਉਂਦਾ ਹੈ ਪਰ ਇੰਨੇ ਦੇ ਵਿੱਚ ਜੋ ਲੁਟੇਰੇ ਸੀ ਉਹ ਬਾਈਕ ਦੇ ਉੱਤੇ ਫਰਾਰ ਹੋ ਜਾਂਦੇ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਖੰਨਾ ਤੋਂ ਇਹ ਤਸਵੀਰਾਂ ਲੁੱਟ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਗਲੀ ਦੇ ਵਿੱਚ ਜਦੋਂ ਔਰਤ ਨਿਕਲ ਰਹੀ ਸੀ ਤਾਂ ਉਸਦੇ ਹੱਥਾਂ ਦੇ ਵਿੱਚ ਫੜਿਆ ਮੋਬਾਈਲ ਫੋਨ ਖੋਇਆ ਗਿਆ। ਹਾਲਾਂਕਿ ਇਸ ਵਾਰਦਾਤ ਨੂੰ ਚੋਰਾਂ ਨੇ ਕਿੰਨੀ ਆਰਾਮ ਨਾਲ ਅੰਜਾਮ ਦਿੱਤਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਰ ਇੱਥੇ ਚੋਰਾਂ ਦਾ ਟੀਵੀ ਗਲੀ ਦੇ ਵਿੱਚ ਡਿੱਗ ਜਾਂਦਾ ਹੈ। ਹਾਲਾਂਕਿ ਹੁਣ ਇਹ ਨਹੀਂ ਪਤਾ ਕਿ ਆਖਰ ਚੋਰ ਇਹ ਟੀਵੀ ਵੀ ਆਪਣੇ ਨਾਲ ਹੀ ਚੋਰੀ ਕਰਕੇ ਲੈ ਕੇ ਆਏ ਸੀ ਜਾਂ ਫਿਰ ਇਹ ਇਹਨਾਂ ਦਾ ਆਪਣਾ ਟੀਵੀ ਸੀ, ਇਹ ਜਾਂਚ ਦਾ ਵਿਸ਼ਾ ਹੈ। ਪਰ ਖੰਨਾ ਤੋਂ ਇਹ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਗਲੀ ਦੇ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਲੁਟੇਰੇ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਦੇ ਹੱਥਾਂ ਦੇ ਵਿੱਚ ਫੜਿਆ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਮੌਕੇ ਦੇ ਉੱਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ। ਮਾਮਲਾ ਸਾਡੇ ਧਿਆਨ ਦੇ ਵਿੱਚ ਆ ਗਿਆ, ਅਸੀਂ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਦੋਸ਼ੀ ਜਲਦ ਤੋਂ ਜਲਦ ਟੇਕ ਕਰ ਲਵਾਂਗੇ। ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਵੀ ਉਹ ਐਲਸੀਡੀ ਵਾਕਿਆ ਚੋਰੀ ਦੀ ਹੈ ਜਾਂ ਕਿਵੇਂ। ਜਲਦੀ ਅਸੀਂ ਕਾਬੂ ਕਰ ਲਵਾਂਗੇ।